अज आप पहुंचे हैं शहर मोहाली 49 सैक्टर। सो इत बाबा जी बैठे ने, वो बड़ी देर तो लस्सी की सेवा कर रहे हैं, इस करके इस चौंक का नाम भी लस्सी वाला चौंक पै गया। बाबा जी किन्ने समय तो सेवा निभा रही, किन्ने समय तो सेवा चलती आ रही है? 25 साल तो सेवा चलती आ रही है जी। तो बाबा जी किन्नी कु लस्सी रोज लग जाती है, किन्नी कु लस्सी तैयार होती है रोज? ਇੱਥੇ 5 ਡਰਮ ਲੱਸੀ ਨੇ ਰੋਜ਼ ਜੀ। ਮੇਰੇ ਤੋਂ ਬਾਅਦ ਗੁਰਦੁਆਰਾ ਤਿਆਰ ਹੁੰਦੀ ਲੱਸੀ ਜੀ। ਹਾਂਜੀ, ਉੱਥੋਂ 4 ਲੱਸੀ ਇੱਥੇ ਆਉਂਦੀ। ਇਹ ਦੁੱਧੀ ਕਰਕੇ ਦਿੰਦੇ ਸੇਵਾ ਜੀ। ਹਾਂਜੀ, ਨਾਲੇ ਲੱਸੀ ਪੀ ਕੇ ਦਿੰਦੇ ਨੇ, ਨਾਲੇ ਘਰ ਵਾਸਤੇ ਲੈ ਕੇ ਜਾਂਦੇ ਨੇ ਜੀ। ਕਿੰਨੀ ਕੁ ਸੰਗਤ ਰੋਜ਼ ਆ ਜਾਂਦੀ ਹੈ, ਕਿੰਨੀ ਕੁ ਲੋਕ ਰੋਜ਼ ਪੀ ਕੇ ਜੀ? ਸੰਗਤ ਆੜ ਬਹੁਤ ਜਲਦੀ ਸੰਗਤ ਆਉਂਦੀ ਹੈ। ਤੁਸੀਂ ਆਪ 6 ਡਰਮ ਲੱਸੀ ਲੱਗ ਜਾਂਦੇ ਅਤੇ ਕਿੰਨੀ ਸੰਗਤ ਆਉਂਦੀ ਹੋ ਜੀ? ਲੋਕਡਾਊਨ ਰਿਹਾ ਆਪਣਾ, ਲੋਕਡਾਊਨ 'ਚ ਲੱਸੀ ਵੀ ਚੱਲਦੀ ਨਹੀਂ ਜੀ, ਕੋਈ ਛੁੱਟੀ ਨਹੀਂ। ਐਤਵਾਰ ਹੋਵੇ, ਦਿਨ ਹੋਵੇ, ਕੋਈ ਛੁੱਟੀ ਨਹੀਂ ਇੱਥੇ ਜੀ। ਲੋਕਡਾਊਨ 'ਚ ਵੀ ਲੱਸੀ ਚੱਲਦੀ ਨਹੀਂ ਜੀ, ਇੰਨੀ ਇੰਨੀ ਸੰਗਤ ਆਉਂਦੀ ਜੀ। ਹਾਂਜੀ, ਗਰਮੀ 'ਚ ਬਰਫੀ ਪਾਉਂਦੇ ਹੋ ਗੁਰਦੁਆਰੇ ਵੱਲੋਂ? ਗੁਰਦੁਆਰੇ ਸਿਆਲ ਨਾਲ ਚਾਹ ਵੀ ਚੱਲਦੀ ਜੀ, ਉਸ ਤਰ੍ਹਾਂ ਪ੍ਰਸ਼ਾਦ ਲੈ ਜੀ, ਜਾਂ ਕਿਹੜੀ ਜਲੇਬੀਆਂ ਬਣਾ, ਜੇਬੀਆਂ ਲੈ ਜਾਂ ਪਕੌੜੇ ਲੈਂਦੇ ਜੀ, ਨਾਲ ਉਹ ਵੀ ਨਾਲ ਚਲਾ ਜੀ। ਹਾਂ, ਜਿਵੇਂ ਗਰਮੀ ਆ ਗਈ, ਗੁਰਪੁਰਬ ਆ ਕੇ ਨਾਲ ਸਬੀਲ ਚਲਾ ਦੀ, ਠੰਡੇ ਪਾਣੀ ਨਾਲ ਰੂਹ ਜਲ ਚਲਾ ਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼, ਮੈਂ ਹਰਮਨ ਮੀਆਂਪੁਰੀ। ਅਕਸਰ ਜਦੋਂ ਆਪਾਂ ਰਸਤੇ ਤੋਂ ਲੰਘਦੇ ਹਾਂ ਕਿਸੇ ਵਿਸ਼ੇਸ਼ ਜਗ੍ਹਾ 'ਤੇ, ਵਿਸ਼ੇਸ਼ ਸਥਾਨ 'ਤੇ ਆਪਣੀ ਨਿਗਾਹ ਪੈਂਦੀ ਹੈ, ਨਜ਼ਰ ਪੈਂਦੀ ਹੈ, ਤਾਂ ਆਪਾਂ ਖਲੋ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮੋਹਾਲੀ 49 ਸੈਕਟਰ। ਸੋ ਇੱਥੇ ਬਾਬਾ ਜੀ ਬੈਠੇ ਨੇ, ਉਹ ਬੜੀ ਦੇਰ ਤੋਂ ਲੱਸੀ ਦੀ ਸੇਵਾ ਕਰ ਰਹੇ ਨੇ, ਇਸ ਕਰਕੇ ਇਸ ਚੌਂਕ ਦਾ ਨਾਂ ਵੀ ਲੱਸੀ ਵਾਲਾ ਚੌਂਕ ਪੈ ਗਿਆ। ਇੱਥੇ ਅਨੇਕਾਂ ਸੰਗਤਾਂ ਆ ਕੇ ਲੱਸੀ ਪੀ ਕੇ ਜਾਂਦੀਆਂ ਨੇ, ਅਤੇ ਦੋਧੀ ਵੀਰ ਜੋ ਪਿੰਡਾਂ ਤੋਂ ਆਉਂਦੇ ਨੇ ਇੱਥੇ ਦੁੱਧ ਪਾਉਣ, ਉੱਥੇ ਸੇਵਾ ਨੂੰ ਆ ਕੇ ਜਾਂਦੇ ਨੇ। ਸੋ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਹੋਰਾਂ ਨਾਲ। ਸੋ ਕਿੰਨੇ ਸਮੇਂ ਤੋਂ ਸੇਵਾ ਨੂੰ ਆ ਰਹੇ ਨੇ, ਸੋ ਕਿੰਨੀ ਕੁ ਇੱਥੇ ਸੰਗਤ ਆਉਂਦੀ ਹੈ ਸਾਡੇ ਨਾਲ? ਬਾਬਾ ਜੀ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਜੀ ਕਿੰਨੇ ਸਮੇਂ ਤੋਂ ਸੇਵਾ ਨੂੰ ਆ ਰਹੀ, ਕਿੰਨੇ ਸਮੇਂ ਤੋਂ ਸੇਵਾ ਚੱਲਦੀ ਆ ਰਹੀ ਹੈ? ਇਹ 25 ਸਾਲ ਤੋਂ ਸੇਵਾ ਚੱਲਦੀ ਆ ਰਹੀ ਜੀ ਇੱਥੇ। ਹਾਂਜੀ, ਕਿਹੜੇ ਬਾਬਾ ਜੀ ਨੇ ਸ਼ੁਰੂ ਕੀਤਾ ਸੀ ਲੰਗਰ? ਇਹ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ, ਬਾਬਾ ਝਰਮਲ ਸਿੰਘ ਜੀ। ਹਾਂਜੀ, ਤੇ ਬਾਬਾ ਜੀ ਕਿੰਨੀ ਕੁ ਲੱਸੀ ਰੋਜ਼ ਲੱਗ ਜਾਂਦੀ ਹੈ, ਕਿੰਨੀ ਕੁ ਲੱਸੀ ਤਿਆਰ ਹੁੰਦੀ ਹੈ ਰੋਜ਼? ਇੱਥੇ 5 ਡਰਮ ਲੱਗ ਜਾਂਦੇ, 5 ਡਰਮ ਲੱਸੀ ਦੇ ਰੋਜ਼ ਦੇ ਜੀ। ਹਾਂ, ਜੇ ਲੋੜ ਪਏ ਫਿਰ ਡਰਮ ਨਾਲ ਪਾਣੀ ਵੀ ਲੱਗ ਜਾਂਦਾ, 6 ਡਰਮ ਵੀ ਲੱਗ ਜਾਂਦੇ ਜੀ। ਹਾਂ, ਲੱਸੀ ਸੰਘਣੀ ਹੁੰਦੀ ਜੇ ਲੋੜ ਪਵੇ ਨਾ, ਫਿਰ ਪੱਦੀ ਕਰਨੀ ਪੈਂਦੀ, ਪਾਣੀ ਪਾਉਣਾ ਪੈਂਦਾ ਜੀ। ਹਾਂਜੀ, ਤੇ ਬਾਬਾ ਜੀ ਤਿਆਰ ਕਿੱਥੋਂ ਕਰਕੇ ਲੈ ਕੇ ਆਉਂਦੇ ਸਾਰੀ ਇੰਨੀ ਲੱਸੀ? ਤੇ ਗੁਰਦੁਆਰਾ ਦੁੱਧੀ ਦੁੱਧ ਪਾ ਜਾਂਦੇ ਨਾ ਜੀ। ਚਾਰ ਦਿਸ਼ ਮੇਰੇ ਤੋਂ ਬਾਅਦ ਗੁਰਦੁਆਰਾ ਤਿਆਰ ਹੁੰਦੀ ਲੱਸੀ ਜੀ। ਹਾਂਜੀ, ਉੱਥੋਂ 4 ਲੱਸੀ ਇੱਥੇ ਆਉਂਦੀ। ਹਾਂਜੀ ਬਾਬਾ ਜੀ, ਉਹ ਦੁੱਧ ਦੀ ਜੋ ਸੇਵਾ ਹੈ ਉਹ ਕਿੱਥੋਂ ਹੁੰਦੀ ਹੈ, ਕਿੱਥੋਂ ਚੱਲਦੀ ਹੈ? ਇਹ ਦੁੱਧੀ ਕਰਕੇ ਦਿੰਦੇ ਸੇਵਾ ਜੀ। ਹਾਂਜੀ, ਨਾਲੇ ਲੱਸੀ ਪੀ ਕੇ ਦਿੰਦੇ ਨੇ, ਨਾਲੇ ਘਰ ਵਾਸਤੇ ਲੈ ਕੇ ਜਾਂਦੇ ਨੇ ਜੀ। ਹਾਂਜੀ, ਨਾਲੇ ਬੋੜੀ ਸਾਹਿਬ ਬਾਬੇ ਸੇਵਾ ਚੱਲਦੀ ਜੀ, ਅਤੇ ਉੱਥੋਂ ਬੋੜੀ ਸਾਹਿਬ ਦੁੱਧ ਉੱਥੋਂ ਵੀ ਇੱਥੇ ਆਉਣਾ ਜੀ। ਕੋਈ ਦੁੱਧੀ ਗੁਰਦੁਆਰੇ ਦੁੱਧ ਦੁੱਧ ਪਾ ਜਾਂਦੇ, ਗੁਰਦੁਆਰਾ ਸਾਹਿਬ ਪਾ ਜਾਂਦੇ ਜੀ। ਹਾਂਜੀ, ਕਿੰਨੀ ਕੁ ਸੰਗਤ ਰੋਜ਼ ਆ ਜਾਂਦੀ ਹੈ, ਕਿੰਨੀ ਕੁ ਲੋਕ ਰੋਜ਼ ਪੀ ਕੇ ਜੀ? ਸੰਗਤ ਆੜ ਬਹੁਤ ਜਲਦੀ ਸੰਗਤ ਆਉਂਦੀ ਹੈ, ਤੁਸੀਂ ਆਪ 6 ਡਰਮ ਲੱਸੀ ਲੱਗ ਜਾਂਦੇ, ਅਤੇ ਕਿੰਨੀ ਸੰਗਤ ਆਉਂਦੀ ਹੋਵੇ ਜੀ, ਸੰਗਤ ਬਹੁਤ ਆਉਂਦੀ। ਤੁਸੀਂ ਇੱਥੇ ਫਿਰ ਕਿੰਨੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ? ਸਾਨੂੰ 4 ਸਾਲ ਹੋ ਗਏ ਸਾਨੂੰ ਇੱਥੇ ਆਉਣਾ ਜੀ। ਹਾਂ, ਪਹਿਲਾਂ ਵਾਰੀ ਵਾਰੀ ਬੰਦੇ ਕੋਈ, ਹੁਣ 3 ਬੰਦੇ ਵਾਰੀ ਵਾਰੀ ਦੱਸ ਦਿੰਦੇ ਸਾਡੀ ਡਿਊਟੀ ਜੀ। ਅੱਛਾ, ਅਲੱਗ ਅਲੱਗ ਤਰ੍ਹਾਂ ਡਿਊਟੀ ਲੱਗਦੀ ਤੁਹਾਡੀ? ਹਾਂ, 3 ਬੰਦੇ ਲਗਾਤਾਰ ਨਾ 10 ਦਿਨ ਮਹੀਨੇ 10 ਦਿਨ ਲਾਉਂਦੇ ਆ ਜੀ। ਹਾਂ, ਆਟੋਮੈਟਿਕ ਆਪੇ ਬਲੀ ਕੀਤੀਆਂ ਨੇ ਆਪੇ ਜੀ। ਹਾਂਜੀ, ਸੋ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬਾਬਾ ਜੀ ਸੇਵਾ ਨਿਭਾ ਕੇ, ਸੰਗਤਾਂ ਦੀ ਸੇਵਾ ਕਰਕੇ, ਲੱਸੀ ਪਿਲਾ ਕੇ? ਬਹੁਤ ਆਨੰਦ ਆਉਂਦਾ ਜੀ, ਇਹ ਗੁਰੂ ਨਾਨਕ ਦਾ ਲੰਗਰ ਹੈ ਜੀ, ਜਿਹੜੇ ਪੀ ਕੇ ਬਹੁਤ ਖੁਸ਼ ਹੁੰਦੇ ਨੇ, ਅਤੇ ਅਸੀਂ ਬੰਦੇ ਬੜੇ ਖੁਸ਼ ਹਾਂ ਵੀ ਸਾਨੂੰ ਮਹਾਰਾਜ ਨੇ ਸੇਵਾ ਦਿੱਤੀ ਹੈ, ਅਤੇ ਗੁਰੂ ਘਰ ਦੀ ਸੇਵਾ ਕਰਨ ਰਹੇ ਹਾਂ ਜੀ। ਬਾਬਾ ਜੀ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ, ਉਹ ਹੀ ਸੇਵਾ ਚੱਲਦੀ ਆ? ਗੁਰੂ ਨਾਨਕ ਦਾ 20 ਦਾ ਲੰਗਰ ਚੱਲਦਾ, ਅੱਜ ਕੱਲ੍ਹ ਚੱਲਦਾ ਰਿਹਾ ਜੀ। ਹਾਂਜੀ, ਅਤੇ ਕੋਈ ਜੋ ਮਰੀਜ਼ ਆਵੇ, ਕੋਈ ਵੀ ਜਿਹਦੇ ਵਾਸਤੇ ਮਰਜ਼ੀ, ਜਿੰਨੀ ਘਰ ਵਾਸਤੇ ਜਾਣ ਲਈ ਜਾਣ, ਕੋਈ ਰਿਕਾਰਡ ਨਹੀਂ ਹੈਗੇ ਜੀ ਇੱਥੇ। ਲੋਕ ਘਰਾਂ ਨੂੰ ਵੀ ਲੈ ਕੇ ਜਾਂਦੇ ਆ? ਘਰਾਂ ਨੂੰ ਲੈ ਜਾਂਦੇ, ਜਿਵੇਂ ਮੰਨਿਆ ਕੋਈ ਪੀਲੀਆ ਹੋ ਗਿਆ, ਜਾਂ ਕੋਈ ਮਰੀਜ਼ ਡਾਕਟਰ ਆ ਕੇ ਵੀ ਲੱਸੀ ਪਾਉਣੀ ਹੈ,
ਕੋਈ ਰਿਕਾਰਡਿੰਗ ਜੇ ਮਰਜ਼ੀ ਲੈ ਜੇ ਕੋਈ ਇਸੇ ਜੀ ਹਾਂਜੀ ਕਿੱਦਾਂ ਦੀ ਰਾਬਤਾ ਬਣ ਕੇ ਹੁਣ ਸੰਗਤ ਆਉਂਦੀ ਹੈ ਤੁਹਾਡਾ ਪਿਆਰ ਕਿੰਨਾ ਕੁ ਪੈ ਗਿਆ ਸੰਗਤਾਂ ਨਾਲ ਸਾਡਾ ਬਹੁਤ ਪਿਆਰ ਹੈ ਵੀ ਕਿ ਲੋਕਡਾਊਨ ਰਿਹਾ ਕਿ ਨਾ ਲੋਕਡਾਊਨ ਦੀ ਲੱਸੀ ਵਿੱਚ ਚੱਲਦੀ ਰਹੀ ਜੀ ਕੋਈ ਛੁੱਟੀ ਨਹੀਂ ਐਤਵਾਰ ਹੋਵੇ ਦਿਨ ਹੋਵੇ ਕੋਈ ਛੁੱਟੀ ਨਹੀਂ ਇੱਥੇ ਜੀ ਲੋਕਡਾਊਨ 'ਚ ਜਿਵੇਂ ਲੱਸੀ ਚੱਲਦੀ ਰਹੀ ਜੀ ਇੰਨੀ ਇੰਡੀਅਨ ਸੰਗਤ ਆਉਂਦੀ ਰਹੀ ਜਿਵੇਂ ਲੱਸੀ ਪੀਂਦੀ ਰਹਿਣ ਜੀ ਹਾਂ ਉਹ ਲੋਕ ਤੁਸੀਂ ਪਿੱਛੇ ਇੱਕ ਪੇੜ ਲੱਗਾ ਪਿੱਪਲ ਦਾ ਉਹਦੀ ਵੀ ਤੁਸੀਂ ਜ਼ਿਕਰ ਕੀਤਾ ਸੀ ਤੇ ਉਹਦੇ ਬਾਰੇ ਦੱਸੋਗੇ ਕੁਝ ਉਹ ਬਾਬਾ ਜਗਤਾਰ ਸਿੰਘ ਉਹਨਾਂ ਲਾਇਆ ਜੋ ਲੱਸੀ ਸ਼ੁਰੂ ਕੀਤੀ ਨਾ ਉਹਨਾਂ ਲਾਇਆ ਇਹ ਪੇੜ ਜੀ ਯਾਨੀ ਕਿ ਜਦੋਂ ਉਹਦੀ ਸੇਵਾ ਸ਼ੁਰੂ ਹੋਈ ਲੱਸੀ ਦਾ ਲੰਗਰ ਸ਼ੁਰੂ ਹੋਇਆ ਉਦੋਂ ਦੀ ਇਹ ਪੇੜ ਲੱਗਾ ਉਦੋਂ ਪੇੜ ਲੱਗਾ ਜੋ ਹੁਣ ਪੇੜ ਕਿੱਦਾਂ ਹੋ ਗਿਆ ਵੇਖੋ ਪੇੜ ਕਿੱਦਾਂ ਹੋ ਗਿਆ ਯਾਨੀ ਨਹੀਂ ਇਹਨੂੰ 25 ਸਾਲ ਹੋ ਗਏ ਹੁਣ 25 ਸਾਲ ਹੋ ਗਏ ਨਹੀਂ ਠੀਕ ਹੈ ਹਾਂਜੀ ਹਾਂ ਸੋ ਵੀਰ ਜੀ ਇੱਕ ਲੱਸੀ ਪੀਣਾ ਇਧਰ ਗੱਲਬਾਤ ਕਰਦੇ ਆ ਵੀਰ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਲੱਸੀ ਪੀ ਕੇ ਇੱਥੇ ਬਾਬਾ ਜੀ ਕੋਲ ਆ ਕੇ ਡੇਲੀ ਆਉਂਦੇ ਅਸੀਂ ਇੱਧਰ ਰਸਤੇ ਜਾਂਦੇ ਹੋਏ ਪਾਣੀ ਪੀਣ ਨੂੰ ਮਿਲ ਜਾਂਦਾ ਕਦੀ ਲੱਸੀ ਪੀ ਜਾਂਦੇ ਆ ਅਸੀਂ ਜੀ ਜੀ ਹਾਂਜੀ ਤੇ ਬਾਈ ਜੀ ਇੱਕ ਤਾਂ ਬਾਜ਼ਾਰ 'ਚ ਕੈਮੀਕਲ ਵਾਲੀ ਲੱਸੀ ਮਿਲਦੀ ਆ ਤੇ ਕਿਹ ਲੱਸੀ ਆ ਕਿੰਨਾ ਕੁ ਫਰਕ ਲੱਗਦਾ ਇਹਨਾਂ 'ਚ ਕਾਫੀ ਜ਼ਿਆਦਾ ਫਰਕ ਆ ਗਿਆ ਜੀ ਅੱਛਾ ਜੀ ਹਾਂਜੀ ਠੀਕ ਹੈ ਟੇਸਟ 'ਚ ਵੀ ਫਰਕ ਲੱਗਦਾ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਨਮਕ ਵੀ ਰੱਖਿਆ ਹੋਇਆ ਸਪੈਸ਼ਲ ਬਾਬਾ ਜੀ ਨੇ ਤੇ ਲੱਸੀ 'ਚ ਪਹਿਲਾਂ ਨਮਕ ਪਾਇਆ ਜਾਂਦਾ ਬਾਟੇ 'ਚ ਤੇ ਉਹ ਤੋਂ ਬਾਅਦ ਵਿੱਚ ਲੱਸੀ ਪਾਈ ਜਾਂਦੀ ਉਧਰ ਮੈਂ ਕੈਮਰਾ ਮੈਨੂੰ ਕਹਾਂ ਬਾਟੇ ਪਏ ਨੇ ਸੋ ਸੰਗਤ ਉਸ ਤੋਂ ਬਾਅਦ ਆਪ ਸੇਵਾ ਕਰਦੀ ਹੈ ਬਾਟੇ ਧੋਣ ਦੀ ਨਲਕਾ ਲੱਗਿਆ ਨਲਕਾ ਵੀ ਇੱਕ ਵਿਰਾਸਤ ਹੈ ਆਪਣੀ ਅੱਜ ਕੱਲ੍ਹ ਨਲਕੇ ਅਲੋਪ ਹੋ ਗਏ ਨੇ ਪਰ ਇੱਥੇ ਇੱਕ ਨਲਕਾ ਵੀ ਲੱਗਾ ਹੋਇਆ ਕੀ ਆਪਣਾ ਰਜਤ ਨਾਮ ਹੈ ਜੀ ਮੇਰਾ ਅਰਥ ਡੇਲੀ ਆਉਣੇ ਪਏ ਜੀ ਨਾ ਮੈਂ ਫਸਟ ਟਾਈਮ ਆਇਆ ਬਟ ਸਟਾਫ ਸਾਡਾ ਸਟਾਫ ਦੇ ਬੰਦੇ ਆਉਂਦੇ ਆ ਉਹਰੇ ਬਾਬੂ ਜੀ ਨਾਲ ਲੱਸੀ ਪੀਂਦੇ ਤੇ ਨਾਲ ਚਾਹ ਵੀ ਪੀਂਦੇ ਆ ਜੀ ਜੀ ਸਰਦੀਆਂ ਚ ਚਾਹ ਦਿੰਦੇ ਆ ਤਰਾਂ ਲਈ ਗਰਮੀਆਂ ਚ ਲੱਸੀ ਸਭ ਜੀ ਕਿਦਾਂ ਦਾ ਮਹਿਸੂਸ ਹੁੰਦਾ ਇੱਕ ਕੈਮੀਕਲ ਵਾਲੀ ਲੱਸੀ ਤੇ ਲੱਸੀ ਚ ਕਿੰਨਾ ਫਰਕ ਲੱਗਦਾ ਭਾਈ ਹੁਣ ਫਸਟ ਟਾਈਮ ਟੇਸਟ ਕਰੂੰਗੇ ਹੁਣ ਪਤਾ ਲੱਗੂਗਾ ਟੇਸਟ ਕਰਕੇ ਦੇਖਦੇ ਆ ਜੀ ਬਾਕੀ ਵਡਿਆਈ ਤਾਂ ਬਥੇਰੀ ਸੁਣੀ ਹੈ ਤਾਰੀਫ ਬੜੀ ਸੁਣੀ ਹੈ ਬਾਪੂ ਜੀ ਦੀ ਆਪਾਂ ਕਿ ਹਾਂ ਬਈ ਪਿਓਰ ਲੱਸੀ ਹੈ ਤੇ ਨਾਲੇ ਘਰ ਦੀ ਲੱਸੀ ਹੈਗੀ ਹੈ ਬਾਕੀ ਹੁਣ ਦੇਖਦੇ ਆ ਟੇਸਟ ਕਰਕੇ ਹਾਂਜੀ ਤੋ ਲੱਸੀ ਸਿਹਤ ਵਾਸਤੇ ਉਦਾਂ ਵੀ ਬਹੁਤ ਚੰਗੀ ਹੈ ਬਹੁਤ ਬਿਮਾਰੀਆਂ ਦਾ ਇਲਾਜ ਕਰਦੀ ਹੈ ਹੋਰ ਵੀ ਬਹੁਤ ਸੰਗਤ ਆਉਂਦੀ ਇੱਥੇ ਮੇਰੀ ਗੁਜ਼ਾਰਿਸ਼ ਹੈ ਕੈਮਰਾਮੈਨ ਨੂੰ ਇੱਧਰ ਵੱਡੇ ਵੱਡੇ ਪਏ ਨੇ ਉਹ ਦਿਖਾਏ ਜਾਣ ਸੋ ਲੱਸੀ ਦੇ ਪਰੇ ਹੋਏ ਕਿ ਬਾਬਾ ਜੀ ਇੱਥੇ ਬਾਬਾ ਜੀ ਕਿੰਨੇ ਵਜੇ ਆ ਜਾਂਦੇ ਸਵੇਰੇ ਅਸੀਂ 6:30 ਆਏ ਨੇ ਜੀ ਹਾਂਜੀ 12:30 ਵਜੇ ਕਿੰਨੇ ਵਜੇ ਤੱਕ ਰਹਿੰਦਾ ਲੰਗਰ ਇਹ 6:30 1:00 ਆ 12:00 ਤੱਕ ਰਹਿੰਦਾ ਅੰਡਾ 1:30 ਤੱਕ ਰਹਿੰਦਾ ਜੀ 1:30 ਹਾਂ 1:30 ਠੀਕ ਹੈ ਹਾਂ ਉਸ ਤੋਂ ਬਾਅਦ ਫਿਰ ਉੱਥੇ ਵੀ ਗੁਰਦੁਆਰੇ 'ਚ ਵੀ ਲੰਗਰ ਚੱਲਦਾ ਹਾਂ ਗੁਰਦੁਆਰੇ ਚੱਲਦਾ ਲੰਗਰ ਜੀ ਅੱਛਾ ਜੀ ਹਾਂਜੀ ਉੱਥੇ 24 ਘੰਟੇ ਚੱਲਦਾ ਲੰਗਰ 24 ਘੰਟੇ ਚੱਲਦਾ ਗੁਰਦੁਆਰਾ ਸਾਹਿਬ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਬਾ ਜਗਤਾਰ ਸਿੰਘ ਬਾਰੇ ਦੱਸੋਗੇ ਕੁਝ ਥੋੜਾ ਬਹੁਤ ਇਹ ਬਾਬਾ ਜਗਤਾਰ ਕਾਰ ਸੇ ਬਹੁਤ ਵੱਡੀ ਸੇਵਾ ਨੇ ਬਾਬਿਆਂ ਦੀ ਦੇ ਨਹੀਂ ਦੇ ਸਕਦੇ ਪਰ ਕਿੰਨੇ ਗੁਰਦੁਆਰੇ ਅੰਮ੍ਰਿਤਸਰ ਕਿੰਨੀ ਸੇਵਾ ਨੇ ਚੱਲਦੀ ਤਰਨ ਤਰਨ ਸੇਵਾ ਚੱਲਦੀ ਪੰਜੋਕੜਾ ਸਾਹਿਬ ਚੱਲਦੀ ਪਰ ਬੇਅੰਤ ਗੁਰਦੁਆਰੇ ਬਾਬਿਆਂ ਦੇ ਜੀ ਪਾਕਿਸਤਾਨ ਗੁਰਦੁਆਰੇ ਚੱਲਦੇ ਪੰਜਾ ਸਾਹਿਬ ਚੱਲਦੀ ਜੀ ਨਨਕਾਣਾ ਸਾਹਿਬ ਚੱਲਦੀ ਜੀ ਹਾਂ ਚੁਮਣਾ ਮੰਡੀ ਲੋੜ ਸੇ ਬਾਬਿਆਂ ਸਾਹਿਬ ਚੱਲਦੀ ਹਾਂਜੀ ਪਾਕਿਸਤਾਨ ਦੀ ਬਾਬਿਆਂ ਸਾਹਿਬ ਚੱਲਦੀ ਜੀ ਹਾਂਜੀ ਸੋ ਮੇਰੀ ਗੁਜ਼ਾਰਿਸ਼ ਹੈ ਬਾਬਾ ਜੀ ਦੱਸ ਰਹੇ ਨੇ ਕਿ ਉਹ ਸਵੇਰੇ 6 ਵਜੇ ਆ ਜਾਂਦੇ ਅਰਲੀ ਮਾਰਨਿੰਗ ਤੇ ਉਸ ਤੋਂ ਬਾਅਦ 1:15 ਵਜੇ ਤੱਕ ਇਹ ਲੰਗਰ ਚੱਲਦਾ ਹੈ ਬਾਬਾ ਜਗਤਾਰ ਸਿੰਘ ਦੇ ਹੋਰ ਵੀ ਬਹੁਤ ਜਗ੍ਹਾ ਹੋਰ ਸਥਾਨਾਂ ਤੇ ਵੀ ਬੜੇ ਲੰਗਰ ਲਾਏ ਹੋਏ ਨੇ ਪਾਕਿਸਤਾਨ ਤੱਕ ਉਹਨਾਂ ਦੇ ਲੰਗਰ ਲਾਏ ਹੋਏ ਨੇ ਸੋ ਮੇਰੀ ਗੁਜ਼ਾਰਿਸ਼ ਹੈ ਕੈਮਰਾਮੈਨ ਨੂੰ ਆਪਾਂ ਬਾਬਾ ਜਗਤਾਰ ਸਿੰਘ ਦੁਆਰਾ ਲਗਾਇਆ ਹੋਇਆ ਜੋ ਪਿੱਪਲ ਦਾ ਦਰਖਤ ਹੈ ਇਹ 25 ਸਾਲ ਪੁਰਾਣਾ ਹੈ ਕਿ ਜਦੋਂ ਦਾ ਲੰਗਰ ਸ਼ੁਰੂ ਹੋਇਆ ਹੈ ਉਦੋਂ ਦਾ ਇਹ ਦਰਖਤ ਬਾਬਾ ਜਗਤਾਰ ਸਿੰਘ ਨੇ ਲਾਇਆ ਮੇਰੀ ਗੁਜ਼ਾਰਿਸ਼ ਹੈ ਕੈਮਰਾਮੈਨ ਨੂੰ ਵੀ ਦਿਖਾਇਆ ਜਾਵੇ ਸੋ ਹੋਰ ਵੀ ਮੇਰੇ ਵੀਰ ਲੱਸੀ ਪੀਣ ਵਾਸਤੇ ਆ ਰਹੇ ਨੇ ਸੋ ਬਾਬਾ ਜੀ ਦਾ ਇੱਕ ਪਿਆਰ ਇੱਕ ਰਾਬਤਾ ਬਹੁਤ ਬਣਿਆ ਹੋਇਆ ਲੋਕਾਂ ਨਾਲ ਕਿਉਂਕਿ ਅੱਜ ਕੱਲ੍ਹ ਬਾਜ਼ਾਰ 'ਚ ਜੋ ਕੈਮੀਕਲ ਵਾਲੀ ਲੱਸੀ ਮਿਲਦੀ ਹੈ ਅਤੇ ਇਸ ਲੱਸੀ 'ਚ ਦੇਸੀ 'ਚ ਬਹੁਤ ਫਰਕ ਹੈ ਇਹ ਲੱਸੀ ਹੋਰ ਵੀ ਬਿਮਾਰੀਆਂ ਦਾ ਬਹੁਤ ਇਲਾਜ ਕਰਦੀ ਹੈ ਸ਼ੂਗਰ ਦੇ ਮਰੀਜ਼ ਵੀ ਇੱਥੋਂ ਲੱਸੀ ਲੈ ਕੇ ਜਾਂਦੇ ਹਾਂ ਫਿਲਹਾਲ ਅਸੀਂ ਥੋੜ੍ਹਾ ਲੇਟ ਹੋ ਗਏ ਸੀ ਤਾਂ ਕਰਕੇ ਸੰਗਤ ਥੋੜ੍ਹੀ ਘੱਟ ਹੈ ਨਹੀਂ ਇੱਥੇ ਸੰਗਤ ਦੀ ਤਾਦਾਦ ਬੜੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਮੇਰੀ ਗੁਜ਼ਾਰਿਸ਼ ਹੈ ਕੈਮਰਾਮੈਨ ਨੂੰ ਸਾਰਾ ਇੱਕ ਵਾਰੀ ਦ੍ਰਿਸ਼ ਦਿਖਾਇਆ ਜਾਵੇ ਸਾਰਾ ਸੋ ਇੱਧਰ ਬਰਤਨ ਪਏ ਨੇ ਬਰਤਨ ਆਪ ਸਾਫ ਕਰਨੇ ਪੈਂਦੇ ਨੇ ਉਸ ਤੋਂ ਬਾਅਦ ਕਿਉਂਕਿ ਲੰਗਰ ਦਾ ਅਸੂਲ ਆ ਬਰਤਨ ਆਪ ਧੋਣੇ ਪੈਂਦੇ ਨੇ ਨਲਕਾ ਲੱਗਿਆ ਹੋਇਆ ਬਹੁਤ ਪੁਰਾਤਨ ਨਲਕਾ ਇਹ ਵੀ ਪੁਰਾਣਾ ਹੈ ਸੋ ਮੈਂ ਥੋੜ੍ਹਾ ਗੇੜ ਕੇ ਵੀ ਦਿਖਾ ਦਿੰਦਾ ਕਿਉਂਕਿ ਅੱਜ ਕੱਲ੍ਹ ਇਹ ਵਿਰਾਸਤ ਖਤਮ ਹੁੰਦੀ ਜਾ ਰਹੀ ਨਲ ਸੋ ਫਰਿੱਜ ਦੇ ਪਾਣੀ ਤੋਂ ਵੀ ਠੰਡਾ ਪਾਣੀ ਹੈ ਨਲਕੇ ਦਾ ਨਲਕੇ ਅੱਜ ਕੱਲ੍ਹ ਅਲੋਪ ਹੁੰਦੇ ਜਾ ਰਹੇ ਆ ਆਪਣੀ ਪੁਰਾਣੀ ਵਿਰਾਸਤ ਹੈ ਸੋ ਇੱਥੇ ਵੇਖਣ ਨੂੰ ਮਿਲਦਾ ਨਲਕਾ ਇੱਕ ਹੋਰ ਵੀ ਗੱਲ ਹੈ ਵੱਡੀ ਕਿ ਪਹਿਲਾਂ ਵੀ ਮੈਂ ਸ਼ੁਰੂਆਤ ਵਿੱਚ ਕਹੀ ਤੀ ਲੱਸੀ ਦੇ ਲੰਗਰ ਕਰਕੇ ਇਸ ਚੌਂਕ ਦਾ ਨਾਂ ਵੀ ਲੱਸੀ ਵਾਲਾ ਚੌਂਕ ਪੈ ਗਿਆ ਸੋ ਮੋਹਾਲੀ ਸ਼ਹਿਰ 'ਚ ਮੇਰੀ ਗੁਜ਼ਾਰਿਸ਼ ਹੈ ਸੰਗਤ ਨੂੰ ਰਾਹਗੀਰਾਂ ਨੂੰ ਜਦੋਂ ਵੀ ਕੋਈ ਮੋਹਾਲੀ ਸ਼ਹਿਰ 'ਚ ਆਉਂਦਾ ਤਾਂ ਲੱਸੀ ਵਾਲੇ ਚੌਂਕ ਜ਼ਰੂਰ ਆ ਕੇ ਲੱਸੀ ਪੀ ਕੇ ਜਾਇਓ ਬਾਬਾ ਜੀ ਬੜੀ ਦੇਰ ਤੋਂ ਸੇਵਾ ਕਰ ਰਹੇ ਨੇ ਬਾਬੇ ਨਾਨਕ ਦਾ ਲੰਗਰ 20 ਰੁਪਏ ਤੋਂ ਸ਼ੁਰੂ ਹੋਇਆ ਤੇ ਅੱਜ ਤੱਕ ਚੱਲਦਾ ਆ ਰਿਹਾ ਸੋ ਇੱਕ ਦੋਧੀ ਵੀਰ ਵੀ ਆਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿੱਦਾਂ ਦਾ ਲੱਗਦਾ ਇੱਥੇ ਤੁਸੀਂ ਸੇਵਾ ਕਰਕੇ ਜਾਂਦੇ ਹੋ ਲੰਗਰ 'ਚ ਕਿੱਦਾਂ ਦਾ ਮਹਿਸੂਸ ਹੁੰਦਾ ਵਧੀਆ ਲੱਗਾ ਜੀ ਕਿਹੜੇ ਪਿੰਡ ਤੋਂ ਆਉਂਦੇ ਹੋ ਜੀ ਚੋ ਮਜਰਾ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਦੁੱਧ ਪਾਉਂਦਿਆਂ ਨੂੰ ਮੈਨੂੰ ਹਾਂਜੀ ਹਾਂਜੀ 30 ਸਾਲ ਹੋ ਗਏ 20 ਸਾਲ
ਸੋ ਜਾਂਦੇ ਸਮੇਂ ਇੱਥੇ ਦੁੱਧ ਪੱਕ ਜਾਂਦੇ ਨੇ ਛੋਟਾ ਬੱਚਾ ਮੇਰਾ ਵੀਰ ਉਹ ਵੀ ਆਇਆ ਲੱਸੀ ਪੀਣ ਸੋ ਬੇਟਾ ਕੀ ਨਾਮ ਹੈ ਆਪਣਾ ਹਾਂਜੀ ਕੀ ਨਾਮ ਆਪਣਾ ਦਿਲਪ੍ਰੀਤ ਸਿੰਘ ਜੀ ਅੱਛਾ ਤੇ ਡੇਲੀ ਆਉਨੇ ਲੱਸੀ ਪੀਣ ਨਹੀਂ ਨਹੀਂ ਕਦੇ ਕਦੇ ਆਉਂਦੇ ਆ ਜੀ ਅੱਛਾ ਕਦੇ ਕਦੇ ਆਉਂਦੇ ਕਿਦਾਂ ਦਾ ਮਹਿਸੂਸ ਹੁੰਦਾ ਕਿਦਾਂ ਦੀ ਲੱਗਦੀ ਹੈ ਲੱਸੀ ਬਹੁਤ ਵਧੀਆ ਲੱਗਦੀ ਹੈ ਜੀ ਅੱਜ ਕੱਲ ਦੇ ਬੱਚੇ ਜ਼ਿਆਦਾਤਰ ਕੈਮੀਕਲ ਚੀਜ਼ਾਂ ਜਿਹੜੇ ਬਾਜ਼ਾਰ 'ਚ ਮਿਲਦੀ ਉਹ ਪੀਂਦੇ ਆ ਤੇ ਦੇਸੀ ਲੱਸੀ ਵੀ ਕਿਦਾਂ ਦਾ ਲੱਗਦਾ ਹਾਂਜੀ ਅਸੀਂ ਦੇਸੀ ਲੱਸੀ ਪੀਂਦੇ ਡਾਕਟਰ ਹੁੰਦੀ ਹੈ ਜਾਨ ਹੁੰਦੀ ਹੈ ਜੀ ਇਸ ਦੇ ਵਿੱਚ ਠੀਕ ਹੈ ਹਾਂਜੀ ਹਾਂ ਪਤ ਜਾਂਦੀ ਅੱਜ ਕੱਲ ਦੇ ਬੱਚਿਆਂ ਨੂੰ ਬਹੁਤ ਘੱਟ ਖਪਦੀ ਹੈ ਲੱਸੀ ਨਹੀਂ ਨਹੀਂ ਐਕਸਰਸਾਈਜ਼ ਕਰਦੇ ਨੇ ਫਿਰ ਹਾਂਜੀ ਹਾਂ ਫਿਰ ਸ਼ਾਮ ਨੂੰ ਰਨਿੰਗ ਕਰਦੇ ਆ ਜੀ ਫਿਰ ਡਾਈਜੈਸਟ ਹੋ ਜਾਂਦੀ ਹੈ ਜੀ ਸੋ ਬਾਬਾ ਜੀ ਹੋਰ ਇਹਦੇ ਵਿੱਚ ਤੁਸੀਂ ਹੋਰ ਕੀ ਪਾਉਂਦੇ ਲੱਸੀ ਚ ਲੱਸੀ ਬਰਫ ਵੀ ਪਈ ਜਾਂਦੀ ਹੈ ਬਰਫ ਵੀ ਪਈ ਜਾਂਦੀ ਹੈ ਗਰਮੀ ਬਰਫ ਪਈ ਜਾਂਦੀ ਹੈ ਜੀ ਜੀ ਹਾਂਜੀ ਅੱਛਾ ਜਿਹੜਾ ਗਰਮੀ ਚ ਬਰਫ ਵੀ ਪਾਉਂਦੇ ਹੋ ਬਰਫ ਦੀ ਸੇਵਾ ਵੀ ਗੁਰਦੁਆਰੇ ਵੱਲੋਂ ਨਵਾਈ ਜਾਂਦੀ ਹੈ ਗੁਰਦੁਆਰੇ ਵੱਲੋਂ ਗੁਰਦੁਆਰੇ ਨਾਲ ਜੀ ਸਿਆਲ ਨਾਲ ਚਾਹ ਵੀ ਚੱਲਦੀ ਜੀ 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 ਹਾਂ ਹੁਣ ਗਰਮੀ ਬਰਫ ਪਾਵਾਂਗੇ ਤਾਂ ਠੰਡੀ ਹੋਣੀ ਕਿਸੇ ਖਾਸ ਜਿਵੇਂ ਕੋਈ ਖਾਸ ਕੋਈ ਤਿਹਾਰ ਹੁੰਦਾ ਹੈ ਉਸ ਤੇ ਉਹ ਤਿਉਹਾਰ ਤੇ ਜਿਸ ਤਰ੍ਹਾਂ ਕੋਈ ਕਿਸੇ ਗੁਰੂ ਦਾ ਜਨਮ ਦਿਨ ਆਉਂਦਾ ਹੈ ਉਦੋਂ ਫਿਰ ਕੋਈ ਹੋਰ ਵਿਸ਼ੇਸ਼ ਲੰਗਰ ਵੀ ਲਗਾਇਆ ਜਾਂਦਾ ਉਸ ਤਰ੍ਹਾਂ ਪ੍ਰਸ਼ਾਦ ਲਾਈਦਾ ਜੀ ਅੱਛਾ ਜੀ ਜਾਂ ਕਿਹੜੀ ਜਲੇਬੀਆਂ ਬਣਾ ਜੇਬੀਆਂ ਲੈ ਜਾਂ ਪਕੌੜੇ ਲੈਂਦੇ ਜੀ ਨਾਲ ਉਹ ਵੀ ਨਾਲ ਚਲਾਈਦਾ ਜੀ ਹਾਂ ਜਿਵੇਂ ਗਰਮੀ ਆ ਗਈ ਗੁਰਪੁਰਬ ਆ ਕੇ ਨਾਲ ਸਬੀਲ ਚਲਾ ਦੀ ਠੰਡੇ ਪਾਣੀ ਨਾਲ ਉਹ ਵੀ ਨਾਲ ਚਲਾ ਦਿੰਦੇ ਜੀ ਹਾਂਜੀ ਹਾਂ ਤੇ ਬਾਬਾ ਜੀ ਕਹਿੰਦੇ ਜਦੋਂ ਕੋਈ ਵਿਸ਼ੇਸ਼ ਕੋਈ ਤਿਉਹਾਰ ਹੁੰਦਾ ਕਿਸੇ ਗੁਰੂ ਦਾ ਜਨਮ ਦਿਨ ਉਤਸਵ ਹੁੰਦਾ ਉਦੋਂ ਵਿਸ਼ੇਸ਼ ਲੰਗਰ ਵੀ ਲਗਾਇਆ ਜਾਂਦਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਲੰਗਰ ਚੱਲਦਾ ਜਿੱਥੋਂ ਇਹ ਲੱਸੀ ਤਿਆਰ ਹੋ ਕੇ ਆਉਂਦੀ ਹੈ ਬਾਬਾ ਜਗਤਾਰ ਸਿੰਘ ਜੋਰਾ ਵੱਲੋਂ ਇਹ 25 ਸਾਲ ਤੋਂ ਇਹ ਸੇਵਾ ਚੱਲ ਰਹੀ ਹੈ ਸੋ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਵੇਖ ਰਹੇ ਹੋ ਇਸ ਟਾਈਮ ਮੇਰੀ ਗੁਜ਼ਾਰਿਸ਼ ਹੈ ਜਦੋਂ ਵੀ ਕਿਤੇ ਮੋਹਾਲੀ ਸ਼ਹਿਰ ਆਏ ਤਾਂ ਲੱਸੀ ਵਾਲੇ ਚੌਂਕ 'ਚ ਬਾਬਾ ਜੀ ਹੋਰਾਂ ਕੋਲੋਂ ਲੱਸੀ ਰੂਟ ਪੈ ਕੇ ਜਾਇਓ ਬਾਬਾ ਜਗਤਾਰ ਸਿੰਘ ਹੋਰਾਂ ਵੱਲੋਂ 25 ਸਾਲ ਤੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਸੋ ਸਾਨੂੰ ਦਿਓ ਇਜਾਜ਼ਤ ਹੋਰ ਤਾਜ਼ੀਆਂ ਖਬਰਾਂ ਲਈ ਸਾਡੇ ਨਾਲ ਬਣੇ ਰਹੋ ਕੈਮਰਾਮੈਨ ਰਸ਼ਵਿੰਦਰ ਦੇ ਨਾਲ ਮੈਂ ਹਰਮਨ ਮੀਆਂਪੁਰੀ ਦਿਸ਼ਾ ਅਪਡੇਟਸ ਨਿਊਜ਼ ਮੋਹਾਲੀ